ਚੰਡੀਗੜ੍ਹ ਦੇ ਮਨੀ ਮਾਜਰਾ ਵਿੱਚ ਆ ਰਹੇ ਨੇ ਅਮਿਤ ਸ਼ਾਹ। ਚੰਡੀਗੜ੍ਹ ਦੇ ਮਨੀ ਮਾਜਰਾ ਚ ਅਮਿਤ ਸ਼ਾਹ ਦੇਣ ਜਾ ਰਹੇ ਨੇ ਵੱਡੀ ਸੌਗਾਤ। ਜੀ ਹਾਂ, ਅਮਿਤ ਸ਼ਾਹ ਇੱਥੇ ਸ਼ਹਿਰ ਦੇ 24 ਘੰਟੇ ਚੱਲਣ ਵਾਲੇ ਜਲ ਸਪਲਾਈ ਦਾ ਉਦਘਾਟਨ ਕਰਨ ਆ ਰਹੇ ਨੇ। ਸ਼ਹਿਰ ਵਿੱਚ ਖਰਾਬ ਤੇ ਗੰਦੇ ਪਾਣੀ ਕਾਰਨ ਕਾਫੀ ਸਮੱਸਿਆ ਸੀ, ਜੋ ਕਿ ਹੁਣ ਠੀਕ ਹੋ ਜਾਵੇਗੀ। ਲੋਕਾਂ ਨੂੰ ਗੰਦੇ ਪਾਣੀ ਤੋਂ ਰਾਹਤ ਮਿਲੇਗੀ। ₹75 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਪ੍ਰੋਜੈਕਟ, ਜਿਸ ਨਾਲ ਵੱਧ ਤੋਂ ਵੱਧ 1 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ। ਅਧਿਕਾਰੀਆਂ ਵੱਲੋਂ ਦੱਸਣ ਤੇ ਪਤਾ ਲੱਗਾ ਹੈ ਕਿ ਇਸ ਦੀ ਸਪਲਾਈ ਲਈ 22 ਕਿਲੋਮੀਟਰ ਪਾਈਪ ਵਿਛਾਈ ਗਈ। ਕੇਂਦਰੀ ਗ੍ਰਹਿ ਮੰਤਰਾਲੇ ਦੀ ਟੀਮ ਚੰਡੀਗੜ੍ਹ ਪਹੁੰਚ ਚੁੱਕੀ ਹੈ। ਇਹਨਾਂ ਦੀ ਨਿਗਰਾਨੀ ਦੇ ਹੇਠ ਜਲ ਸਪਲਾਈ ਦਾ ਉਦਘਾਟਨ ਕੀਤਾ ਜਾਵੇਗਾ।